ਨਮਸਕਾਰ ਦੋਸਤੋ, ਆਰ ਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਫਾਜ਼ਿਲਕਾ ਦੇ ਪਿੰਡ ਕੱਟਿਆਵਾਲੀ ਜੱਟਾਂ ਦੇ ਵਿੱਚ 9-10 ਮਈ ਦੀ ਦਰਮਿਆਨੀ ਰਾਤ ਹੋਈ ਲੜਾਈ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਲੁਧਿਆਣਾ DMC ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਹੈ ਅਤੇ ਉਸਦੀ ਲਾਸ਼ ਨੂੰ ਹੁਣ ਫਾਜ਼ਿਲਕਾ ਦੀ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ, ਜਿੱਥੇ ਉਸਦਾ ਪੋਸਟਮਾਰਟਮ ਕਰਵਾਇਆ ਜਾਏਗਾ। ਇਸ ਸੰਬੰਧ ਦੇ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਮੌਕੇ 'ਤੇ ਮੌਜੂਦ ਪੁਲਿਸ ਕਰਮਚਾਰੀ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਲੜਾਈ ਹੋਈ ਸੀ ਰਾਤ ਨੂੰ ਕੱਟਣ ਦੀ ਪਿੰਡ, ਅਤੇ ਉਹਦੇ ਦੌਰਾਨੇ ਇਲਾਜ ਮੌਤ ਹੋ ਚੁੱਕੀ ਹੈ। ਲੁਧਿਆਣਾ DMC ਦਾਖਲ ਸੀ, ਅਤੇ ਉਹਨਾਂ ਦੀ ਲਾਸ਼ ਮੋਰਚੇ 'ਚ ਰੱਖੀ ਗਈ ਹੈ, ਜਿਹੜੀ ਅਗਲੀ ਤਫਤੀਸ਼ ਅਮਲੇ 'ਚ ਲਿਆਂਦੀ ਜਾਵੇਗੀ। ਇਹ ਬੰਦਾ ਸੰਦੀਪ ਕੁਮਾਰ ਆ, ਪਿੰਡ ਦਾ ਦਤਾਰਿਆਂ ਵਾਲੇ, ਪੈਟਰੋਲ ਪੰਪ 'ਤੇ ਕੰਮ ਕਰਦਾ ਸੀ। ਇਹ ਲੜਾਈ ਕਿੱਥੇ ਹੋਈ ਸੀ ਸਰ? ਇਹ ਕੱਟਣ ਦੀ ਪਿੰਡ ਲੜਾਈ। ਕਦੋਂ ਹੋਈ ਸੀ ਸਰ? ਇਹ 9 ਤਰੀਕ ਦੀ ਦਰਮਿਆਨੀ ਰਾਤ ਦੀ ਗੱਲ ਹੈ। ਕੋਈ ਵਜ੍ਹਾ ਸਰਨਜੀਤ ਸਾਹਮਣੇ ਆਈ ਵੀ ਲੜਾਈ ਕਿਉਂ ਹੋਈ? ਇਹ ਅਗਲੇ ਦੱਸਿਆ ਜਾਏਗਾ। ਪਰ ਪਰਿਵਾਰ ਨੇ ਤੁਹਾਨੂੰ ਕੀ ਦੱਸਿਆ, ਮਤਲਬ ਕੀ ਹੋਇਆ? ਕੋਈ ਬਿਆਨ ਸਟੇਟਮੈਂਟ ਨਹੀਂ ਲਿਖੀ ਜੀ, ਸਟੇਟਮੈਂਟ ਲਿਖਣ 'ਤੇ ਪਤਾ ਲੱਗੂਗਾ ਕੀ ਕੁਛ। ਫਰਦਰ ਜੋ ਇਨਵੈਸਟੀਗੇਸ਼ਨ ਆਊਗੀ, ਗੱਲ ਸਾਹਮਣੇ, FIR ਲਾਂਚ ਕੀਤੀ ਜਾਊਗੀ।